ਹੈ ਤੁਸੀਂ ਵੇਖੋ ਦਾ ਬਕਵਾਸ ਕਿਚਨ 5 ਮਿੰਟ ਮੈਂ ਸੁਣ ਸੀ ਜਿਸ ਵੇਲੇ ਮੈਂ ਨਾ ਸੁਣਿਆ ਕਿ ਬਕਵਾਸ ਕਿਚਨ ਇਹ ਮਤਲਬ ਦਰਸ਼ਾਣਾ ਕੀ ਚਾਹੁੰਦੇ ਨੇ ਕੀ ਹੋਏਗਾ ਅੰਦਰ ਹੁਣ ਤੇ ਫਿਰ ਮੈਂ ਸੋਚਿਆ ਕਿ ਸੁਣ ਰਹਿਣ ਕੋਲ ਬਿਹਤਰ ਇਹ ਹੈ ਕਿ ਚੱਲਦੇ ਹਾਂ ਅੰਕਲ ਜੀ ਦੇ ਨਾਲ ਗੱਲ ਕਰਨੇ ਆ ਆਓ ਅੱਜ ਬਕਵਾਸ ਕਿਚਨ ਦੇ ਤੁਹਾਨੂੰ ਦਰਸ਼ਨ ਕਰਾਉਂਦੇ ਹਾਂ ਨਮਸਤੇ ਅੰਕਲ ਜੀ ਪਹਿਲੇ ਤਾਂ ਮੈਨੂੰ ਇਹ ਦੱਸੋ ਕਿ ਜਿਹੜਾ ਨਾਂ ਰੱਖਿਆ ਹੈ ਇਹਦੇ ਪਿੱਛੇ ਕਹਾਣੀ ਕੀ ਹੈ ਸਟੋਰੀ ਕੀ ਹੈ ਇਹਦੇ ਪਿੱਛੇ ਬਕਵਾਸ ਕਿਚਨ ਬਕਵਾਸ ਕਿਚਨ ਦੀ ਕੋਈ ਖਾਸ ਸਟੋਰੀ ਨਹੀਂ ਹੈਗੀ ਸਿਰਫ ਇੱਕ ਇਨਵੈਂਸ਼ਨ ਹੈਗੀ ਸੀ ਸਾਡੇ ਮਾਈਂਡ ਦੀ ਕਿ ਲੋਕ ਆਉਂਦੇ ਨੇ ਰੋਟੀ ਖਾਂਦੇ ਨੇ ਕਹਿੰਦੇ ਜੀ ਬੜੀ ਬਕਵਾਸ ਬਣੀ ਹੈਗੀ ਹੈ ਮਜ਼ਾ ਨਹੀਂ ਆਇਆ ਅੱਛਾ ਮੂੰਹ ਤੇ ਕਹਿ ਜਾਂਦੇ ਨੇ ਬਿਲਕੁਲ ਕਹਿ ਜਾਂਦੇ ਅਸੀਂ ਖੁਦ ਕਹਿ ਦਿੰਦੇ ਹਾਂ ਕਿ ਦਫਾ ਮੂੰਹ ਤੇ ਨਹੀਂ ਕਹਾਂਗੇ ਤੇ ਪਿੱਠ ਪਿੱਛੇ ਕਹਿ ਦੇਾਂਗੇ ਠੀਕ ਹੈ ਕਿ ਨਹੀਂ ਮੈਂ ਕਿਹਾ ਕੁਝ ਕੋਸ਼ਿਸ਼ ਕਰਦੇ ਹਾਂ ਕਿ ਕੁਝ ਨਵਾਂ ਇਨਵੈਂਸ਼ਨ ਇਸ ਤਰ੍ਹਾਂ ਦੀ ਦੇਈਏ ਲੋਕਾਂ ਨੂੰ ਕੋਈ ਅੱਛੇ ਤਰੀਕੇ ਦਾ ਖਾਣਾ ਦਿੱਤਾ ਜਾਏ ਕੁਝ ਪਿਓਰ ਦਿੱਤਾ ਜਾਏ ਅਤੇ ਸਾਡੀ ਪ੍ਰੀਪਰੇਸ਼ਨ ਪਿਓਰ ਦੇਸੀ ਘਿਓ ਬਟਰ ਦੇ ਅੰਦਰ ਹੈਗੀ ਹੈ ਅੱਛੇ ਔਰ ਪਿਓਰ ਮਸਾਲੇ ਔਰ ਜਿਹੜੇ ਸੁਪੀਰੀਅਰ ਕੁਆਲਿਟੀ ਦੀ ਹਰ ਚੀਜ਼ ਯੂਜ਼ ਕਰਦੇ ਹੈਗੇ ਹਾਂ ਅਸੀਂ ਅਤੇ ਸਾਡਾ ਮੈਨੂੰ ਖੁਦ ਕੁਕਿੰਗ ਦਾ ਪੈਸ਼ਨ ਸੀ ਅਤੇ ਉਸ ਪੈਸ਼ਨ ਨੂੰ ਦੇਖਦੇ ਹੋਏ ਮੇਰੇ ਘਰ ਦੇ ਬੰਦਿਆਂ ਨੇ ਮੈਨੂੰ ਸਭ ਐਪਰੀਸ਼ੀਏਟ ਕਰਦੇ ਜਿਸ ਵੇਲੇ ਤੁਸੀਂ ਨਾ ਸੋਚੇ ਕਰਦੇ ਸੀ ਮੈਨੂੰ ਦੱਸੋ ਕਿ ਉਸ ਵੇਲੇ ਤੂੰ ਕੋਈ ਐਕਸਪੀਰੀਅੰਸ ਕਰਕੇ ਆਏ ਸੀ ਪਿੱਛੋਂ ਜਾਂ ਕਿਸੇ ਰੈਸਟੋਰੈਂਟ 'ਚ ਸੁਣ ਕੇ ਆਏ ਸੀ ਜਾਂ ਆਪ ਹੀ ਕਹਿ ਕੇ ਆਏ ਸੀ ਕਿ ਆਪੇ ਜਿਸ ਟਾਈਮ ਅਸੀਂ ਕੀਤਾ ਤਾਂ ਉਸ ਟਾਈਮ ਅਸੀਂ ਖੁਦ ਹੀ ਮਨ ਦੇ ਵਿੱਚ ਆਏ ਕਿ ਨਹੀਂ ਆਪਣਾ ਸਟਾਰਟ ਕਰਨਾ ਹੈਗਾ ਕੋਈ ਯੂਨੀਕ ਹੀ ਕਰਦੇ ਹਾਂ ਸਿੱਧੇ ਨਾਮ ਤੋਂ ਤਾਂ ਸਾਰੇ ਚੱਲਦੇ ਨੇ ਅਸੀਂ ਪੁੱਠੇ ਨਾਮ ਤੋਂ ਚੱਲਦੇ ਹਾਂ ਠੀਕ ਹੈ ਕਿ ਨਹੀਂ ਅਤੇ ਉਹ ਫਿਰ ਸਟਾਰਟ ਕੀਤਾ ਸਾਰਿਆਂ ਦਾ ਐਪਰੀਸ਼ੀਏਸ਼ਨ ਸਹੀ ਅਤੇ ਇਹ ਇੱਧਰ ਤਾਂ ਮੈਨੂੰ ਖੁੱਲ੍ਹੇ ਹੋਏ ਤੀਸਰਾ ਹੀ ਦਿਨ ਹੈਗਾ ਪਹਿਲੇ ਮੈਂ ਜਗਤੀ ਹਾਈਵੇ ਦੇ ਬਕਵਾਸ ਢਾਬੇ ਤੋਂ ਨਾਮ ਤੇ ਖੋਲਿਆ ਸੀ ਬਕਵਾਸ ਢਾਬਾ ਹਾਂ ਹਾਂ ਬਕਵਾਸ ਢਾਬਾ ਅੱਛਾ ਉਹਦੇ ਪਿੱਛੇ ਵੀ ਇਹੋ ਹੀ ਸਟੋਰੀ ਹਾਂ ਸਟੋਰੀ ਇਹੀ ਸੀ ਇਸ ਤੋਂ ਪਹਿਲੇ ਮੈਂ ਉਧਰੋਂ ਹੀ ਚੱਲਦਾ ਹੋਇਆ ਫਿਰ ਇੱਧਰ ਕੰਟੀਨਿਊ ਕੀਤਾ ਸੀ ਨਾਮ ਨੂੰ ਹੀ ਅੱਛਾ ਲੋਕ ਜਿਸ ਵੇਲੇ ਇਧਰੋਂ ਨਿਕਲਦੇ ਨੇ ਝਾਕਾ ਤੇ ਉਹਨਾਂ ਨੂੰ ਹੋਇਆ ਹੋਣਾ ਕਿ ਇਹ ਨਾ ਕੀ ਰੱਖੇ ਰਹੇ ਸੀ ਸੋਹਣੇ ਸੋਹਣੇ ਨਾ ਸੁਣੇ ਨੇ ਕਦੇ ਆ ਕੇ ਸਪੈਸ਼ਲੀ ਪੁੱਛਣ ਲਈ ਆਏ ਨੇ ਬਿਲਕੁਲ ਬਹੁਤ ਜ਼ਿਆਦਾ ਬਹੁਤ ਗੱਡੀਆਂ ਰੋਕ ਰੋਕ ਕੇ ਹੱਸ ਕੇ ਖੁਸ਼ ਹੋ ਕੇ ਬਹੁਤ ਜ਼ਿਆਦਾ ਕੋਈ ਸੈਲਫੀਆਂ ਲੈਂਦਾ ਆ ਕੇ ਕੋਈ ਕੁਛ ਕਰਦਾ ਹੈਗਾ ਬਹੁਤ ਖੁਸ਼ ਹੁੰਦੇ ਹੈਗੇ ਅਤੇ ਇਸੀ ਕਰਕੇ ਫਿਰ ਇਸੀ ਨਾਮ ਨੂੰ ਕੰਟੀਨਿਊ ਕੀਤਾ ਸੀ ਜਿਹੜਾ ਸਾਡਾ ਹਾਈਵੇ 'ਤੇ ਹੈਗਾ ਸੀ ਉਹ ਉੱਧਰ ਬਹੁਤ ਜ਼ਿਆਦਾ ਮਤਲਬ ਕਸਟਮਰ ਗੱਡੀ ਪਾਰਕਿੰਗ ਹੈਗੀ ਸੀ ਉੱਧਰ ਉਹਨੂੰ ਕਿੰਨਾ ਟਾਈਮ ਹੋ ਗਿਆ ਉਹਨੂੰ ਖੁੱਲ੍ਹਿਆ ਨਹੀਂ ਉਹਨਾਂ ਨੂੰ ਉਸਨੂੰ ਤਾਂ ਮੈਂ ਵਾਈਂਡ ਅਪ ਕਰ ਦਿੱਤਾ ਹੈਗਾ ਥੋੜ੍ਹਾ ਮੈਂ 3-4 ਮਹੀਨੇ ਹੋ ਗਏ ਉਸਨੂੰ ਵਾਈਂਡ ਅਪ ਕੀਤੇ ਫਿਰ ਇੱਧਰ ਸ਼ਹਿਰ ਦੇ ਵਿੱਚ ਉਹ ਥੋੜ੍ਹਾ ਦੂਰ ਪੈ ਜਾਂਦਾ ਸੀ ਸਾਨੂੰ ਅਤੇ ਇੰਨੀ ਦੌੜ ਨਹੀਂ ਹੋ ਪਾਉਂਦੀ ਸੀ ਅੱਛਾ ਫਿਰ ਮੈਨੂੰ ਦੱਸੋ ਇਸ ਬਕਵਾਸ ਕਿਚਨ ਵਿੱਚ ਕੀ ਖਾਣ ਨੂੰ ਮਿਲਦਾ ਬਕਵਾਸ ਕਿਚਨ ਦੇ ਅੰਦਰ ਤੁਹਾਨੂੰ ਫਿਲਹਾਲ ਅਸੀਂ ਇੱਧਰ ਇੱਕ ਥਾਲੀ ਐਕਸਪ੍ਰੈਸ ਖੋਲ੍ਹਿਆ ਹੈਗਾ ਜਿਹਦੇ ਅੰਦਰ ਅਸੀਂ ਤੁਹਾਨੂੰ 2 ਟਾਈਪ ਦਾ ਚਿਕਨ ਦੇਵਾਂਗੇ ਡੇਲੀ ਸਾਰਾ ਤੁਹਾਡੇ ਕੋਲ ਨੌਨ ਵੈਜ ਹੀ ਇਸ ਵੇਲੇ ਪਿਓਰ ਨੌਨ ਵੈਜ ਵੈਜ ਅਭੀ ਕੁਛ ਨਹੀਂ ਚਾਲੂ ਕੀਤਾ ਸੀ ਸਿਰਫ ਨੌਨ ਵੈਜ ਚਾਲੂ ਕੀਤਾ ਪਿਓਰ ਦੇਸੀ ਘਿਓ ਦੇ ਅੰਦਰ 2 ਟਾਈਪ ਦਾ ਚਿਕਨ ਹੈਗਾ 1 ਟਾਈਪ ਦਾ ਮਟਨ ਦੇਵਾਂਗੇ 1 ਫਿਸ਼ ਦੇਵਾਂਗੇ ਔਰ ਸਾਡਾ ਮੈਨੂ ਜਿਹੜਾ ਉਹ ਹਰ ਡੇ ਚੇਂਜ ਹੋਏਗਾ ਅਗਲੇ ਦਿਨ ਤੁਹਾਨੂੰ ਨਵੀਂ ਵਰਾਇਟੀ ਮਿਲੇਗੀ ਜਿਹੜੀ ਵੀ ਅਸੀਂ 4 ਵਰਾਇਟੀਆਂ ਬਣਾਵਾਂਗੇ ਉਹ ਅਗਲੇ ਦਿਨ ਨਵੀਆਂ ਆਉਣਗੀਆਂ ਅੱਛਾ ਮੰਨ ਲੈਂਦੇ ਹਾਂ ਤੁਹਾਨੂੰ ਪਹਿਲੇ ਮੈਨਿਊ ਦੱਸ ਦਿੰਦੇ ਹਾਂ ਇਹ ਕੈਮਰੇ ਵਾਲੇ ਭਾਈ ਸਾਹਿਬ ਨੂੰ ਮੈਂ ਕਹਾਂਗੀ ਕਿ ਇਸ ਪਾਸੇ ਆਓ ਜ਼ਰਾ ਮਾੜਾ ਜਿਹਾ ਅੱਛਾ ਔਰ ਤੁਸੀਂ ਵੇਖੋ ਪਹਿਲਾ ਹੈ ਰੋਇਲ ਬਕਵਾਸ ਥਾਲੀ ਰੋਇਲ ਥਾਲੀ ਤਾਂ ਤੁਸੀਂ ਸੁਣਿਆ ਹੋਣਾ ਇਹ ਰੋਇਲ ਬਕਵਾਸ ਥਾਲੀ ਹੈ ਠੀਕ ਫਿਰ ਮਹਾਂ ਬਕਵਾਸ ਥਾਲੀ ਉਹਦੇ ਬਾਅਦ ਬਕਵਾਸ ਥਾਲੀ ਇਹ ਮੈਨੂੰ ਦੱਸੋ ਕਿ ਇਹ ਤਿੰਨਾਂ ਵਿੱਚੋਂ ਸਭ ਤੋਂ ਵਧੀਆ ਥਾਲੀ ਕਿਹੜੀ ਹੈ ਸਭ ਤੋਂ ਵਧੀਆ ਬਕਵਾਸ ਥਾਲੀ ਤੋਂ ਵਧੀਆ ਜਿਹੜਾ ਸਭ ਤੋਂ ਵਧੀਆ ਬਕਵਾਸ ਹੈ ਰੋਇਲ ਹੀ ਹੈਗੀ ਹੈ ਜਿਹਦੇ ਅੰਦਰ ਜ਼ਿਆਦਾ ਰੋਇਲਨੈਸ ਹੈਗੀ ਹੈ ਅੱਛਾ ਉਹਦੇ ਅੰਦਰ ਅਸੀਂ 4 ਟਾਈਪ ਦਾ ਨੌਨ ਵੈਜ ਦਿੰਦੇ ਹੈਗੇ ਹਾਂ ਠੀਕ 4 ਟਾਈਪ ਦਾ ਨੌਨ ਵੈਜ ਸਰਵ ਕਰਦੇ ਹਾਂ ਵਿਦ ਰਾਈਸ ਸੈਲਡ ਸਵੀਟ ਡਿਸ਼ ਸਾਰਾ ਆ ਜਾਂਦਾ ਉਹਦੇ ਵਿੱਚ ਤੇ ਰੇਟ ਹੈ ਉਹਦਾ 395 ਜੀ 395 ਤੇ ਰੋਇਲ ਥਾਲੀ ਤੇ ਮਹਾ ਬਕਵਾਸ ਥਾਲੀ ਵਿੱਚ ਕੀ ਫਰਕ ਹੈ ਇੱਕ ਨੌਨ ਵੈਜ ਦਾ ਫਰਕ ਹੈ ਇੱਕ ਨੌਨ ਵੈਜ ਕੱਟ ਜਾਏਗਾ ਉਹ ਬਾਕੀ ਸਭ ਚੀਜ਼ਾਂ ਉਸਦੇ ਰਹਿਣਗੀਆਂ ਅੱਛਾ ਮੈਨੂੰ ਦੱਸੋ ਸਭ ਤੋਂ ਜ਼ਿਆਦਾ ਡਿਮਾਂਡ ਇੱਥੇ ਕਿਸ ਕਿਹੜੀ ਥਾਲੀ ਦੀ ਹੈ ਰੋਇਲ ਦੀ ਹੈਗੀ ਸਭ ਤੋਂ ਜ਼ਿਆਦਾ ਡਿਮਾਂਡ ਰੋਇਲ ਬਕਵਾਸ ਥਾਲੀ ਸਾਡਾ ਕਿਉਂਕਿ ਐਕਚੁਅਲੀ ਸਾਡੀ ਚਾਰੋਂ ਤਿੰਨੋਂ ਥਾਲੀਆਂ ਜਿਹੜੀਆਂ ਉਹ ਕਾਫੀ ਇਕਨੋਮਿਕਲ ਹੈਗੀਆਂ ਉਹ ਕਿਸੇ ਦੀ ਪੋਕਟ ਦੇ ਉੱਪਰ ਹੈਵੀ ਨਹੀਂ ਪੈਂਦੀ ਹੈਗਾ 4 ਤਰੀਕੇ ਦਾ ਉਹਨਾਂ ਨੂੰ ਨੌਨ ਵੈਜ ਖਾਣ ਨੂੰ ਮਿਲ ਜਾਂਦਾ ਹੈਗਾ ਨਾਲ ਪੈਸੇ ਜਿਹੜੇ ਉਹਨੂੰ ਬੜੇ ਵਾਜਿਬ ਜਿਹੇ ਹੈਗੇ ਨੇ ਇੰਨੇ ਦੀ ਇੱਕ ਪਲੇਟ ਚਿਕਨ ਵੀ ਨਹੀਂ ਆਉਂਦੀ ਹੈਗੀ ਜਿੰਨੇ ਦੇ 4 ਟਾਈਪ ਦਾ ਨੌਨ ਵੈਜ ਮਿਲ ਜਾਂਦਾ ਉਹਨਾਂ ਨੂੰ ਅੱਛਾ ਮੈਂ ਵੇਖੀ ਕਰਨੀ ਆ ਹਾਲੇ ਫਿਲਹਾਲ ਇੱਥੇ ਇੱਕ ਹੀ ਟੇਬਲ ਤੁਸੀਂ ਲਾਇਆ ਰਿਹਾ ਇਹਨੂੰ ਅੱਗੇ 2 ਟੇਬਲ ਲਾਏ ਆਹੀ ਨਾ ਇੱਥੇ 2 ਟੇਬਲ ਆਏ ਕਿਉਂਕਿ ਸਟੈਂਡਿੰਗ 'ਚ ਲੰਚ ਅਤੇ ਡਿਨਰ ਆਹੀ ਕੈਟਰ ਕਰਾਂਗੇ ਜਿਸ ਤਰੀਕੇ ਨਾਲ ਸਾਨੂੰ ਰਿਸਪੋਂਸ ਮਿਲੇਗਾ ਜਦੋਂ ਹੋਰ ਲੋਕ ਸਾਨੂੰ ਸਾਡੀ ਰੋਟੀ ਤੇ ਮਿਲੇ ਹੀ ਕਰਦਾ ਲੋਕੀ ਫੋਟੋਆਂ ਖਿੱਚ ਕੇ ਪਾਉਂਦੇ ਪਏ ਨੇ ਸਾਡੀ ਰੋਟੀ ਪਸੰਦ ਕਰਨਗੇ ਤੇ ਡੈਫੀਨੇਟਲੀ ਵੀ ਵਿਲ ਲੁੱਕ ਫਾਰਵਰਡ ਕਿ ਹਮ ਆਪਕੋ ਸਿਟਿੰਗ ਵੀ ਦੇਂਗੇ ਯਹਾਂ ਪਰ ਤੇ ਤੁਸੀਂ ਸੁਣ ਲਿਆ ਮੈਨੂੰ ਜ਼ਿਆਦਾ ਕੁਛ ਕਹਿਣ ਦੀ ਲੋੜ ਨਹੀਂ ਹੈ ਕਿਉਂਕਿ ਮੈਂ ਜਿਸ ਤਰ੍ਹਾਂ ਪਹਿਲੇ ਹੀ ਕਿਹਾ ਕਿ ਮੈਂ 5 ਮਿੰਟ ਸੁਣ ਸੀ ਜਿਸ ਵੇਲੇ ਮੈਂ ਸੁਣਿਆ ਦਾ ਬਕਵਾਸ ਕਿਚਨ ਮਤਲਬ ਮੈਂ ਅੱਛੇ ਅੱਛੇ ਨਾਂ ਸੁਣ ਰਹੇ ਨੇ ਪਹਿਲੀ ਵਾਰ ਮੈਂ ਸੁਣਿਆ ਹੈ ਕਿ ਦ ਬਕਵਾਸ ਕਿਚਨ ਅਤੇ ਨੌਨ ਵੈਜ ਥਾਲੀ ਐਕਸਪ੍ਰੈਸ ਤੁਸੀਂ ਰਾਜਧਾਨੀ ਐਕਸਪ੍ਰੈਸ ਸੁਣਿਆ ਹੋਣਾ ਹੈ ਤੁਸੀਂ ਸ਼ਤਾਬਦੀ ਐਕਸਪ੍ਰੈਸ ਸੁਣਿਆ ਹੋਣਾ ਹੈ
पर ये पहली बार मैं तुहानू दस रही हां नॉन वेज थाली एक्सप्रेस है, ये थाली दौड़ दी अंकल जी? हां बिल्कुल जी। किवें दौड़ दी? बाकी के टायर आ रहे हैं। बिल्कुल 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 टायर आ रहे हैं। नॉन वेज थाली एक्सप्रेस, मेनू दसो कि ए ना क्यों? केड़ा जी? ए आला एक्चुअली थाली, बकरी थाली कोई? नहीं नहीं नहीं, नॉन बकरी थाली नहीं, साडे नॉन वेज थाली एक्सप्रेस इधर खाली थाली दे रहे हैं असि, आला कार्ट दे जे डिश नहीं दे रहे हैगे असि, क्योंकि साडा छोटी शॉप हैगी इधर एक्सप्रेस ताई खुले हैगा के इधर टेक अवे हैगा, जो भी असि थाली पैक करके तुहानू दे देंगे। जिस टाइम थोड़ा बधावांगे इसनु अगे कंटिन्यू का फिर आला कार्ट चालू करांगे ते फिर। अच्छा मैं दसो कि जेडे लोकी तुहाडे कोल नहीं आए बंद पेने उंदे आसे होम डिलीवरी तुसी रखी? हां जी हां जी। होम डिलीवरी रखी? हां जी। मतलब किवें हो तुहानू कांटेक्ट कर सकदे ने? साडे फोन करनगे सानू, फोन करके फोन नंबर दिते हैगे ने असी, फोन कांटेक्ट करनगे असी उहनां नू डिलीवर करांगे, साडी डिलीवरी जिहड़ी है 4-5 दिन तक स्टार्ट हो जाएगी। अच्छा एक बड़ी खूबसूरत लाइन इन्हां ने इत्थे लिखी दी है, लेट अस मेक योर बकवास मोमेंट्स टेस्टी। एदा मतलब हर चीज से लफ्ज जेड़ा ना बकवास, मैं लगता बड़ा प्यार है तुम इस वर्ड के नाल बकवास के नाल। तुम सच दसो कोई कहानी तो नहीं पिछे छुपी? नहीं नहीं कोई कहानी नहीं हैगी ऐसी, एक्चुअली की है हर टाइप आदमी जेड़ा खुश गम सैड माहौल के बीच भी होंगे, कई दफा असं उन्होंने कहें भैया अपने सैड माहौल तो साढ़े को आ जा, अभी तेन खुश करके भेजेंगे, वो भी बकवास किचन, बकवास किचन के अच्छी अच्छी चीज़ें खवावे और खुश होकर जाएगा तो मूवमेंट थोड़ी वधिया हो जाएगी। सारे खुश हो गए सी, नाम सुन के सब हसन लगे सी कि किस नाम तो खोल रहे हो, कई ने किया भी एवं नहीं है कि देखो हर चीज के अंदर कोई ना कोई क्रिटिसाइज भी कर दिया गया, कोई एप्रीशिएट भी कर दिया गया, पर लेकिन उस परसेंटेज देखिए एप्रीशिएट करने वाले ज्यादा है गए सी, ਕ੍ਰਿਟਿਸਾਈਜ਼ ਵਾਲੇ ਬੜੇ ਘੱਟ ਹੈਗੇ। ਕਿ ਅੱਜਕੱਲ ਟ੍ਰੈਂਡੀ ਪੁੱਠਾ ਚੱਲਦਾ ਪਿਆ ਹੈ, ਤੁਸੀਂ ਵੇਖੇ ਕਰਦੇ ਅੱਜਕੱਲ ਪੜੇ ਲਿਖੇ ਚਾਹ ਵਾਲੇ ਖੁੱਲ ਗਏ ਨੇ। ਹਾਂ ਬਿਲਕੁਲ ਠੀਕ ਹੈ, ਉਸ ਤੋਂ ਬਾਅਦ ਮਤਲਬ ਨਵੀਂ ਨਵੀਂ ਚੀਜ਼ਾਂ ਪੁੱਠੀਆਂ ਚੀਜ਼ਾਂ, ਨਵੀਂ ਨਵੀਂ ਚੀਜ਼ਾਂ ਨਵੇਂ ਨਵੇਂ ਸਲੋਗਨ ਦੇ ਨਾਲ ਚਾਲੂ ਕਰ ਰਹੇ ਹੈਗੇ ਤੇ ਅਸੀਂ ਵੀ ਕੁਝ ਇਸ ਤਰ੍ਹਾਂ ਦਾ ਹੀ ਦੇਖ ਦੇਖ ਕੇ ਬੰਦਾ ਬਦਲਦਾ ਹੈਗਾ ਜ਼ਮਾਨੇ ਦੇ ਹਿਸਾਬ ਨਾਲ। ਅੱਛਾ ਇਹਦੇ ਨਾਲ ਗੱਲ ਕਰਾਂਗੇ, ਪਹਿਲਾਂ ਤਾਂ ਇਹ ਦੱਸੋ ਤੁਸੀਂ ਪੜ੍ਹਾਈ ਕਰਦੇ ਹੋ? ਪੜ੍ਹਾਈ ਮੈਂ ਕਰ ਰਹੀ ਹਾਂ। ਕਰ ਲਈ? ਹਾਂਜੀ। ਕੀ ਕੀਤਾ? ਮੈਂ ਜੀ MBA ਕੀਤਾ। ਅੱਛਾ MBA ਕਰ ਕੇ ਤਾਂ MBA ਕਰਕੇ ਤੁਹਾਨੂੰ ਇਹ ਖਿਆਲ ਆਇਆ? ਐਕਚੁਅਲੀ ਇਹਦੇ ਦਿਮਾਗ 'ਚ ਨਾ ਇਹ ਬੜਾ ਹਾਈ ਲੈਵਲ 'ਤੇ ਕਨਸੈਪਟ ਸੀ, ਅਸੀਂ ਜਦੋਂ ਵੀ ਬੈਠਦੇ ਸੀ ਨਾ ਨਾਲ ਤਾਂ ਮਤਲਬ ਹਮ ਹਰ ਵਾਰ ਇਸੀ ਪੇ ਬਾਤ ਕਰਦੇ ਸੀ, ਬਕਵਾਸ ਐਸੇ ਕਰੇਂਗੇ, ਬਕਵਾਸ ਬਕਵਾਸ, ਇਹ ਜਿਸ ਤਰ੍ਹਾਂ ਤੁਸੀਂ ਕਿਹਾ ਨਾ ਬਕਵਾਸ ਸ਼ਾਇਦ ਜ਼ਿਆਦਾ ਸੀਰੀਅਸ ਵਰਡ ਹੈ। ਜਿਵੇਂ ਹਰ ਰੋਟੀ ਦੇ ਨਾਲ ਜਿਵੇਂ ਉਹ ਸਲਾਹ ਚੱਲਦਾ ਹੈ ਨਾ, ਇਹ ਤੁਹਾਡੇ ਪੂਰੀ ਬਕਵਾਸ ਕਿਚਨ ਦੇ ਵਿੱਚ ਨਾ ਇਹ ਬਕਵਾਸ ਲਫ਼ਜ਼ ਰੁਕੇ ਨਹੀਂ ਕਰਦਾ ਕਿਤੇ। ਈਵਨ ਜੇ ਮੈਂ ਤੁਹਾਨੂੰ ਦੱਸਾਂ ਜਦੋਂ ਸਾਡਾ ਪਹਿਲਾਂ ਹੁੰਦਾ ਸੀ ਬਕਵਾਸ ਢਾਬਾ ਦੇ ਨਾਂ 'ਤੇ, ਉੱਥੇ ਵੀ ਅਸੀਂ ਬਕਵਾਸ ਕਲਾੜੀ ਰੱਖੀ ਸੀ, ਬਕਵਾਸ ਮੈਗੀ ਰੱਖੀ ਸੀ, ਅਤੇ ਡਿਫਰੈਂਟ ਚੀਜ਼ ਸੀ। ਹੁਣ ਅਸੀਂ ਜਿਹੜਾ ਇਹ ਕਾਊਂਟਰ ਦਿੱਤਾ ਇੱਥੇ, ਇਹ ਮੇਨ ਸੀ ਕਿ ਨਾ ਜਿਸ ਤਰੀਕੇ ਨਾਲ ਕਾਊਂਟਰ ਹੁੰਦੇ ਨੇ, ਨੌਨ ਵੈਜ ਕਾਊਂਟਰ ਹੁੰਦੇ, ਵੈਜ ਕਾਊਂਟਰ ਹੁੰਦੇ, ਅਤੇ ਅਸੀਂ ਥਾਲੀ ਕਾਊਂਟਰ ਤੁਹਾਨੂੰ ਦਿੱਤਾ ਹੈ, ਇੱਥੇ ਆਓ ਥਾਲੀ ਚੱਕੋ, ਜੇ ਇੱਥੇ ਖਾਣੀ ਖੜੇ ਖੜੇ ਖਾਓ, ਨਹੀਂ ਤਾਂ ਚੱਕ ਕੇ ਆਪਣੇ ਘਰ ਲੈ ਜਾਓ। ਕਿਸੇ ਵੇਲੇ ਮਨ 'ਚ ਨਹੀਂ ਆਇਆ ਤੁਹਾਡੇ ਕਿ ਮੈਂ ਨਾ ਤਾਂ ਸਾਰੀ ਬਕਵਾਸ ਰੱਖੇ ਕਰਨਾ? ਕੋਈ ਉਹ ਕੋਈ ਕਿਸੇ ਦਾ ਸਾਰਿਆਂ ਦੀ ਮੈਂਟੈਲਿਟੀ ਇੱਕੋ ਜਿਹੀ ਨਹੀਂ ਨਾ ਹੁੰਦੀ, ਕੁਛ ਇਹ ਤਾਂ ਨਹੀਂ ਸੋਚ ਲੈਣਗੇ ਕਿ ਇਹ ਪੱਕਾ ਹੀ ਸੱਚੀ ਜੇ ਬਕਵਾਸ? ਦੇਖੋ ਜੀ ਅਸੀਂ ਲੋਕਾਂ ਦੇ ਦਿਮਾਗ 'ਤੇ ਤਾਂ ਨਹੀਂ ਲਾਇਆ, ਅਸੀਂ ਆਪਣਾ ਆਈਡੀਆ, ਅਸੀਂ ਜਿਹੜਾ ਦਿਮਾਗ 'ਚ ਆਈਡੀਆ ਰੱਖੇ ਦਾ ਨਾ, ਅਸੀਂ ਉਸ ਆਈਡੀਆ 'ਤੇ ਲੱਗੇ ਨੇ, ਅਤੇ ਉਹ ਆਈਡੀਆ ਅਸੀਂ ਸਕਸੈਸਫੁਲ ਕਰਨਾ। ਤੁਸੀਂ ਦੇਖੋਗੇ ਜਿਸ ਤਰੀਕੇ ਦਾ ਰਿਸਪੋਂਸ ਸਾਨੂੰ ਮਿਲ ਰਿਹਾ ਜਾਂ ਜਿਸ ਤਰੀਕੇ ਦਾ ਅੱਗੇ ਹੋਰ ਮਿਲੇਗਾ, ਅਤੇ ਵੀ ਵਿਲ ਡੈਫੀਨੇਟਲੀ ਲੁੱਕ ਫਾਰਵਰਡ ਕਿ ਹਮ ਇਸਕੋ ਨੈਕਸਟ ਲੈਵਲ ਪੇ ਲੈ ਕੇ ਜਾਏ। ਤੋ ਬਾਕੀ ਆਪ ਜੈਸੇ ਬਹਿਨੇ ਸਪੋਰਟ ਕਰੇਂਗੇ ਤੋ ਡੈਫੀਨੇਟਲੀ ਕੁਛ ਅੱਛਾ ਹੀ ਹੋਗਾ, ਸ਼ਾਇਦ ਆਪਕੇ ਬਕਵਾਸ ਮੂਮੈਂਟਸ ਹਮ ਅੱਛੇ ਬਣਾ ਹੀ ਦੇਂ। ਅੱਛਾ ਤੇ ਫਿਰ ਜਾਂਦੇ ਜਾਂਦੇ ਬਕਵਾਸ ਕਿਚਨ ਦੇ ਤਰਫੋਂ ਕੁਛ ਕਹਿਣਾ ਚਾਹੋਗੇ ਲੋਕਾਂ ਨੂੰ? ਬਕਵਾਸ ਕਿਚਨ ਦੇ ਤਰਫੋਂ ਮੈਂ ਇੱਕੋ ਗੱਲ ਕਹਿਣਾ ਚਾਹਾਂਗਾ ਕਿ ਇੱਕ ਵਾਰੀ ਆ ਕੇ ਟਰਾਈ ਕਰਕੇ ਜ਼ਰੂਰ ਜਾਇਓ, ਅਤੇ ਨਾਲੇ ਸਮਾਈਲ ਕਰਦੇ ਹੋਏ ਇੱਕ ਸੈਲਫੀ ਸਾਡੇ ਨਾਲ ਲੈ ਕੇ ਜਾਇਓ। ਇਹ ਜਿਹੜੇ ਸਾਡੇ ਸ਼ੈਫ ਸਾਹਿਬ ਨੇ ਇਹਦਾ ਆਈਡੀਆ ਹੈ, ਅਸੀਂ ਇੰਪਲੀਮੈਂਟ ਕਰਨ ਲੱਗੇ ਨੇ, ਅਤੇ ਬਾਕੀ ਤੁਹਾਡੇ ਸਾਰਿਆਂ ਦਾ ਸਪੋਰਟ ਚਾਹੀਦਾ, ਥੈਂਕ ਯੂ ਸੋ ਮਚ। ਜਿਸ ਤਰ੍ਹਾਂ ਤੁਸੀਂ ਕਿਹਾ ਕਿ ਅਸੀਂ ਕਿਤੇ ਵੀ ਰੈਸਟੋਰੈਂਟ 'ਚ ਜਾਂਦੇ ਹਾਂ ਅਤੇ ਨਿਕਲਦਾ ਹੈ ਮੂੰਹ 'ਚ ਕਿ ਬਕਵਾਸ ਰੋਟੀ ਸੀ, ਕੀ ਖਾ ਕੇ ਆ ਗਏ ਹਾਂ, ਪੈਸੇ ਵੇਸਟ ਕਰ ਛੱਡੇ ਨੇ, ਕਿਉਂਕਿ ਜ਼ਿਆਦਾ ਗੁੱਸਾ ਬਿੱਲ 'ਤੇ ਚੜ੍ਹਦਾ ਜਦੋਂ ਬਿੱਲ ਜ਼ਿਆਦਾ ਆ ਜਾਂਦਾ। ਇੱਥੇ ਤਾਂ ਕੋਈ, ਇੱਥੇ ਤਾਂ ਤੁਹਾਨੂੰ ਉਹ ਵੀ ਟੈਨਸ਼ਨ ਹੈ ਨਹੀਂ, ਲੋਕਾਂ ਨੇ ਬਕਵਾਸ ਕਹਿਣਾ ਕਿ ਉਹਨਾਂ ਸਿੱਧੇ ਕਹਿਣਾ ਬਕਵਾਸ ਥਾਲੀ ਖਾ ਕੇ ਆਏ ਹਾਂ, ਹੈ ਨਾ? ਨਹੀਂ ਨਹੀਂ ਬਿਲਕੁਲ ਠੀਕ ਹੈ ਲੈ, ਉਹ ਬਕਵਾਸ ਨਹੀਂ ਕਹਿਣਗੇ, ਜਿਸ ਟਾਈਮ ਆਦਮੀ ਖਾ ਕੇ ਜਾਏਗਾ ਉਸਦਾ ਉਸਨੂੰ ਉਲਟਾ ਹੀ ਪ੍ਰਭਾਵ ਪਏਗਾ, ਉਹ ਫਿਰ ਉਸ ਤੋਂ ਬਾਅਦ ਉਹੀ ਐਪਰੀਸ਼ੀਏਟ ਕਰੇਗਾ ਅਤੇ ਹੱਸੇਗਾ ਕਿ ਬਈ ਅੱਛਾ ਮਿਲਿਆ ਮੈਨੂੰ, ਐਸਾ ਨਹੀਂ ਸੀ ਜੈਸਾ ਨਾਮ ਲਿਖ ਕੇ ਗਏ ਸੀ ਅਤੇ ਉਸ ਤਰ੍ਹਾਂ ਦੀ ਕੋਈ ਚੀਜ਼ ਮਿਲੀ ਹੈ। ਕੋਸ਼ਿਸ਼ ਹੈ ਸਾਡੀ ਤਰਫੋਂ ਕਿ ਅੱਛਾ ਕਰੀਏ, ਅੱਗੇ ਦਾ ਸੋਚ ਰਿਹਾ ਕਿ ਬਹੁਤ ਅੱਗੇ ਤੱਕ ਇਹਨੂੰ ਲੈ ਕੇ? ਹਾਂ ਹਾਂ ਬਿਲਕੁਲ, ਕਾਫੀ ਅੱਗੇ ਤੱਕ ਸੋਚਿਆ ਹੈਗਾ, ਕੋਈ ਅੱਛਾ ਰੈਸਟੋਰੈਂਟ ਦਿਆਂਗੇ ਅਤੇ
अच्छा देने दे वास्ते ही कुछ इस तरह का नाम भी रखा है कि लोग अगर उसका अपोजिट सोच के आते है तो अगर उन्होंने अच्छा मिलेगा तो खुशी हो गए। बहुत बहुत शुक्रिया। जिस तरह इन्होंने कहा कि हले ये सिर्फ स्टार्टअप है, हले ये और भी एक्सपैंड होना है, एक प्रॉपर रेस्टोरेंट जोड़ा है वो ये बनेगा द बकवास किचन। तो स्टार्टिंग जो मैं तुम्हें दस दिता कि ये भाई जिन्होंने थालियाँ का बड़ा शौक हैगा वो इतने नॉन वेज थाली एक्सप्रैस जोड़ा है वो इतने मिलती है। इतने मेरे नाल एक अंकल जी ने यह थाली का जोड़ा है वो मज़ा ले करते ही, जिस तरह मेरी नज़र पूरी इन उपर ही कि जिस तरह इनकी थाली खत्म होएगी मैं इन्हें गल करा रिव्यू पूछा। मैं दसो तुम थाली खाधी बकवास थाली किमें लगी? बहुत बढ़िया लगी, बड़ा मज़ा आ गया और जैसा नाम सी वैसा समान नहीं सी। अच्छा। वो 10 गुना अच्छा सी। बढ़िया सी। और बहुत टेस्ट आया। अच्छा। और अच्छी वैरायटी है और प्योर देसी घी हो। हाँ। और बटर है। हाँ। और मज़ा आ गया खाने का। अच्छा। जिन स्वाद कहते ना मतलब एक तो ना खाने के टाइम असं कहने बिल दे के यार बकवास मज़ा नहीं आया। हाँ। ये खाने के बाद बहुत मजा अद्धा मजा बिल ने खराब और बिल दे अगर मुताबिक जाइए तो उस मुताबिक 10 गुना खाना अच्छा और खाने के बाद मजा आ गया कि यार बकवास नहीं है तो बहुत टेस्टी है। अच्छा, उल्टा हो गया। अच्छा, जिस वेले तुसी इधरों निकल रहे थी थोड़ा ध्यान गया होना? हां ध्यान गया। मैं कहा यार बकवास थाली दिखी है और यार बकवास ही होगा, चलो एक बार टेस्ट करो। हाँ। लेकिन खाने के बाद पता चले बकवास नहीं है तो वाह मजा आ गया। हाँ लगे होना बकवास है लेकिन खाने के बाद जो रिस्पॉन्स मिलिया टेस्ट मिलिया वो बहुत ही लाजवाब। अच्छा जेडे लोग हले तक सिर्फ मजा ही ले कर दें तोड़ी गल्लां दा उन्हां नू कहना चाहोगे बकवास किचन दे बारे में? एक बार आके खा के देखो और तुहानू बड़ा मजा आएगा और बकवास दा तुसीं उल्टा लैके चलो कि बड़ा टेस्ट बहुत मजेदार। सुन लिया कि लोग आए करते हैं हले 3 दिन ही होए रहे ने बकवास किचन नू खुले रहे पर जिस तरह का ना है उस तो वखरे लैवल का जो टेस्ट है वो लोग ले करते हैं मज़े ले करते लोगों पसंद आता पे है। जिस तरह इन्होंने कहा कि मतलब जे एक बार इतने बंदा कोई आएगा तो दोबारा आने तो मजबूर हो जाएगा। तो जिन्हें भी लोग हाले तक बकवास किचन नहीं आ रहे मैं उन सारे कहूँगी कि एड्रैस मैं तुम्हें दस दिया शिवाजी चौंक वरमानी दे थोड़ा जहा तुम अगे आओगे लॉरेंस कैफे हैगा तो लॉरेंस कैफे के बिल्कुल ऑपोजिट जेड़ा है ये बकवास किचन है। तुम निकलोगे सामने तुम्हें बार लभ जाएगा पीले जे रंग का बैनर लगे रहा होगा तुम आओ इतने मज़े लो खाओ तो होर भी लोगों जोड़ा है वो लैके आओ क्योंकि अपने जम्मू के लोग बड़ी मेहनत करे करते हैं कुछ नवा लियाने वास्ते। जिस तरह मैं पहला ही कहा कि चाह के उपर भी एक नवा ही ट्रेंड जोड़ा पढ़े लिखे चाह वाले मुंडिया ने शुरू किया है तो ये अंकल जी भी तो मेरा वड्डा वीर ये भी कुछ नवा लैके आए हैं। तुम भी आओ एक बार जरूर टेस्ट करो। इन्होंने जी एक स्टार्टअप किया है इन्हों थोड़ा जहा अगे वधाओ ताकि जो इन्होंने सोचे रहे जो इन ड्रीम्स ने इस किचन करके वो होर अगे वधन तुहाडे करके।